ऑस्ट्रेलिया ने बहुत दर्शकों को सलाह दी जाती है कि इस प्रोग्राम विच कीते गए दाव्यां दी प्रमाणिकता की जांच कर लैन। ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ, ਪ੍ਰੋਗਰਾਮ ਪ੍ਰਦੇਸ਼ ਦੀ ਰਾਹ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਦਰਸ਼ਕੋ, ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਵਾਰ ਤੁਹਾਨੂੰ ਮਿਲਾਉਂਦੇ ਹਾਂ ਇਮੀਗ੍ਰੇਸ਼ਨ ਐਕਸਪਰਟਸ ਦੇ ਨਾਲ। ਇੱਕ ਵਾਰ ਫਿਰ ਤੋਂ ਸਾਡੇ ਨਾਲ ਹਾਜ਼ਰ ਨੇ ਰੋਇਲ ਟਰੈਵਲਸ ਤੋਂ ਅਰਵਿੰਦਰ ਪਾਲ ਜੀ। ਅਰਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਮਨੀਸ਼ ਜੀ। ਜੀ ਅਰਵਿੰਦਰ ਜੀ, ਪਿਛਲੇ ਕਾਫੀ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾ ਚੁੱਕੇ ਹਾਂ ਆਪਣੇ ਦਰਸ਼ਕਾਂ ਦੇ ਨਾਲ, ਸਟੂਡੈਂਟਸ ਦੇ ਨਾਲ ਜੋ ਕਿ ਬਾਹਰ ਜਾਣਾ ਚਾਹੁੰਦੇ ਨੇ, ਔਰ ਇਸ ਪ੍ਰੋਗਰਾਮ ਦੇ ਜ਼ਰੀਏ ਕਾਫੀ ਉਹਨਾਂ ਨੂੰ ਜਿਹੜੀ ਹੈ ਸਿੱਖਿਆ ਵੀ ਮਿਲਦੀ ਹੈ, ਉਹਨਾਂ ਦੀ ਫੋਨ ਕਾਲ ਜਿਹੜੀਆਂ ਨੇ ਉਹ ਇਸ ਚੀਜ਼ ਦਾ ਸਬੂਤ ਹੈ। ਬਿਲਕੁਲ। ਇੱਕ ਵਾਰ ਫਿਰ ਤੋਂ ਸਾਡੇ ਦਰਸ਼ਕਾਂ ਦੀ ਮੰਗ ਸੀ, ਸਾਡੇ ਦੋਸਤਾਂ ਦੀ ਮੰਗ ਸੀ ਕਿ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ ਕੈਨੇਡਾ ਬਾਰੇ, ਕਿਉਂਕਿ ਸਤੰਬਰ ਇਨਟੇਕ ਜਿਹੜਾ ਨਿਕਲ ਗਿਆ ਔਰ ਨੈਕਸਟ ਹੁਣ ਜਨਵਰੀ ਦੇ ਵਿੱਚ ਸਟੂਡੈਂਟ ਅਪਲਾਈ ਕਰਨਾ ਚਾਹੁੰਦੇ ਨੇ, ਕਿਸ ਤਰ੍ਹਾਂ ਅਪਲਾਈ ਕੀਤਾ ਜਾ ਸਕਦਾ ਹੈ ਜਨਵਰੀ ਇਨਟੇਕ ਦੀ ਜੇ ਆਪਾਂ ਗੱਲ ਕਰੀਏ ਤਾਂ ਕੈਨੇਡਾ ਵਾਸਤੇ? ਨੋਰਮਲੀ ਕੈਨੇਡਾ ਵਰਗੇ ਕੰਟਰੀਜ਼ ਆ, ਇਹਨਾਂ ਦੀ ਜਿਹੜੀ ਐਪਲੀਕੇਸ਼ਨ ਪ੍ਰੋਸੈਸ ਆ ਰਾਹੀਂ ਕੁਇਕ ਨਹੀਂ ਹੈਗੇ, ਜਿੱਦਾਂ ਆਪਾਂ ਵੇਖਦੇ ਨਿਊਜ਼ੀਲੈਂਡ ਆ ਜਾਂ ਯੂਕੇ ਆ, ਇਹ ਬਹੁਤ ਕੁਇਕ, ਤੁਸੀਂ ਅੱਜ ਆਫਰ, ਅੱਜ ਅਪਲਾਈ ਕਰੋ, ਕੱਲ੍ਹ ਆਫਰ ਲੈਟਰ ਔਰ ਮਿੰਡੋ ਮਿੰਡੀ ਸਾਰਾ ਕੰਮ ਹੋ ਜਾਂਦਾ। ਨੋਰਮਲੀ ਕੈਨੇਡਾ ਦੇ ਵਿੱਚ ਜਿੰਨੇ ਕੁ ਕਾਲਜਸ ਨੇ, ਆਲਮੋਸਟ ਐਸ ਪੀ ਪੀ ਦੇ ਅੰਡਰ ਨੇ ਮੋਸਟ ਆਫ ਦੈਮ, ਉਹ ਸਰਕਾਰੀ ਕਾਲਜਸ ਨੇ। ਸੋ ਇਹਨਾਂ ਦਾ ਐਪਲੀਕੇਸ਼ਨ ਪ੍ਰੋਸੈਸ ਕੀ ਆ ਕਿ ਬਹੁਤ ਤੁਹਾਨੂੰ ਪਹਿਲੇ ਐਪਲੀਕੇਸ਼ਨ ਫੀ ਪੇ ਕਰਨੀ ਪੈਂਦੀ ਆ, ਤੁਹਾਡੀ ਉੱਥੇ ਐਡਮਿਸ਼ਨ ਦੀ ਪ੍ਰੋਪਰ ਕਾਉਂਸਲਿੰਗ ਹੁੰਦੀ ਆ, ਤੁਸੀਂ ਕਿਹੜਾ ਪ੍ਰੋਗਰਾਮ ਚੂਜ਼ ਕਰ ਰਹੇ ਹੋ, ਕਿਹੜਾ ਨਹੀਂ, ਉਹਦੇ ਕ੍ਰੈਡੈਂਸ਼ੀਅਲ ਤੁਹਾਡੇ ਕੋਲ ਅਵੇਲੇਬਲ ਹੈ ਕਿ ਨਹੀਂ ਹੈ। ਸੋ ਇਹ ਥੋੜ੍ਹਾ ਪ੍ਰੋਸੈਸ ਲੰਬਾ ਹੈ। ਸੋ ਓਬਵੀਅਸਲੀ ਜਨਵਰੀ ਇਨਟੇਕ ਓਪਨ ਆ, ਉਸੇ ਕਰਕੇ ਹੁਣ ਐਡਮਿਸ਼ਨਸ ਚਾਲੂ ਨੇ ਔਰ ਇਸੇ ਸੀਰੀਜ਼ ਵਿੱਚ ਫਰਦਰ ਬਹੁਤ ਸਾਰੀਆਂ ਪ੍ਰਮੋਸ਼ਨਸ ਨੇ, ਸੈਮੀਨਾਰਸ ਵੀ ਚੱਲ ਰਹੇ ਨੇ ਹੁਣ। ਜੀ, ਜੇ ਗੱਲ ਕਰੀਏ ਸਟੂਡੈਂਟ ਦੇ ਪਹਿਲੇ ਸਟੈਪ ਦੀ, ਜਨਵਰੀ ਇਨਟੇਕ ਲਈ ਸਭ ਤੋਂ ਪਹਿਲਾਂ ਸਟੂਡੈਂਟ ਦਾ ਸਟੈਪ ਜਿਹੜਾ ਕੀ ਰਹੇਗਾ? ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ, ਕੈਨੇਡਾ ਨੇ ਕਦੀ ਵੀ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕੀਤਾ। ਅਸੀਂ ਪਾਸਟ ਵਿੱਚ ਵੀ ਵੇਖਿਆ, ਕਦੀ ਵੀ ਇੱਦਾਂ ਨਹੀਂ ਹੋਇਆ ਕਿ ਕੈਨੇਡਾ ਨੂੰ ਬਹੁਤ ਜ਼ਿਆਦਾ ਸਟੂਡੈਂਟਸ ਰਾਤੋ ਰਾਤ ਜਿੱਦਾਂ ਜਾ ਰਹੇ ਨੇ। ਕੈਨੇਡਾ ਐਪਲੀਕੇਸ਼ਨ ਨੂੰ ਬਹੁਤ ਸੀਰੀਅਸਲੀ ਲੈਂਦਾ, ਜਿੱਦਾਂ ਮੈਂ ਆਪਾਂ ਪਿਛਲੇ ਐਪੀਸੋਡਸ ਵਿੱਚ ਵੀ ਡਿਸਕਸ ਕੀਤਾ ਸੀ ਔਰ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਹੋਇਆ ਸੀ ਕਿ ਕੈਨੇਡਾ ਉਹਨਾਂ ਮੁਲਕਾਂ ਦੇ ਵਿੱਚੋਂ ਆ ਜੋ ਆਪਣੀ ਐਜੂਕੇਸ਼ਨ ਸਿਸਟਮ ਦੇ ਉੱਪਰ, ਜੋ ਇਹਨਾਂ ਦੀ ਕਮਾਈ ਹੈ, ਸਭ ਤੋਂ ਵੱਧ ਸਪੈਂਡਿੰਗ ਕੈਨੇਡਾ ਦੀ ਆ। ਸੋ ਐਜੂਕੇਸ਼ਨ ਸਿਸਟਮ ਦੇ ਉੱਪਰ ਆਪਾਂ ਗੱਲ ਕਰੀਏ ਕਿ ਪਰਫੈਕਟ ਐਜੂਕੇਸ਼ਨ ਸਿਸਟਮ ਹੈ ਔਰ ਸਭ ਤੋਂ ਵੱਧ ਸਪੈਂਡਿੰਗ ਗੌਰਮੈਂਟ ਦੀ ਉਹ ਐਜੂਕੇਸ਼ਨ ਸਿਸਟਮ ਦੇ ਉੱਪਰ, ਇਸੇ ਕਰਕੇ ਹੀ ਉੱਥੋਂ ਦੇ ਕਾਲਜਸ ਚੰਗੇ ਨੇ, ਇਸੇ ਕਰਕੇ ਉੱਥੋਂ ਦੇ ਪ੍ਰੋਗਰਾਮਸ ਚੰਗੇ ਨੇ, ਜਿੱਦਾਂ ਆਪਾਂ ਗੱਲ ਕਰੇ ਸੀ। ਔਰ ਦੂਸਰੀ ਗੱਲ ਹੈ ਕਿ ਇਹਨਾਂ ਨੇ ਕੁਆਲਿਟੀ ਦੇ ਉੱਪਰ ਵੀ ਕਦੀ ਕੰਪਰੋਮਾਈਜ਼ ਨਹੀਂ ਕੀਤਾ, ਇਸੇ ਕਰਕੇ ਕੈਨੇਡਾ ਦੀ ਜਿਹੜੀ ਬੈਂਡਸ ਰਿਕੁਆਇਰਮੈਂਟ ਉਹ ਸਭ ਤੋਂ ਵੱਧ ਹੈ। ਮਿਨੀਮਮ ਇੱਕ ਸਟੂਡੈਂਟ ਨੇ ਜਿਹੜਾ ਕੋਈ ਗ੍ਰੈਜੂਏਟ ਲੈਵਲ 'ਤੇ ਜਾ ਰਿਹਾ, ਉਹਨੂੰ 6.5 ਸਕੋਰ ਚਾਹੀਦੇ ਆ, ਗ੍ਰੈਜੂਏਟ ਜਿਹਨੇ ਗ੍ਰੈਜੂਏਸ਼ਨ ਕੀਤੀ ਉਹਨੂੰ 6.5 ਸਕੋਰ ਚਾਹੀਦਾ ਔਰ ਕਿਸੇ ਵੀ ਮੋਡਿਊਲ 'ਚ 6 ਤੋਂ ਘੱਟ ਨਹੀਂ ਹੋਣੇ ਚਾਹੀਦੇ। ਅਗਰ ਉਹ ਅੰਡਰ ਗ੍ਰੈਜੂਏਟ ਜਾ ਰਿਹਾ, ਪਲੱਸ ਟੂ ਤੋਂ ਬਾਅਦ ਜਾ ਰਿਹਾ, ਉਹਦੇ 6 ਬੈਂਡ ਮਿਨੀਮਮ ਰਿਕੁਆਇਰਮੈਂਟ ਹੈ ਔਰ ਕਿਸੇ ਵੀ ਮੋਡਿਊਲ ਦੇ ਵਿੱਚ 5.5 ਮੋਡਿਊਲ ਤੋਂ ਬੈਂਡ ਤੋਂ ਘੱਟ ਨਹੀਂ ਹੋਣਾ ਚਾਹੀਦਾ। ਜੀ, ਕੈਨੇਡਾ ਨੇ ਜੇ ਕੁਆਲਿਟੀ ਨੂੰ ਮੇਨਟੇਨ ਕਰਕੇ ਰੱਖਿਆ ਤਾਂ ਹੀ ਜਿਹੜਾ ਸਟੂਡੈਂਟ ਦਾ ਰੁਝਾਨ ਉੱਥੇ ਵੱਧ ਰਿਹਾ ਗ੍ਰੈਜੂਏਟ ਕਰਨ ਲਈ, ਤਾਂ ਕਿ ਉਹ ਤੋਂ ਸਟੱਡੀ ਕਰਕੇ ਉਹ ਫਰਦਰ ਉਹਦੇ ਜਿਹੜੇ ਓਪਰਚੁਨਿਟੀਜ਼ ਨੇ ਉਹ ਜ਼ਿਆਦਾ ਬਣ ਜਾਂਦੇ, ਓਬਵੀਅਸਲੀ ਪੀਆਰ ਲੈ ਜਾਂਦੇ। ਜੀ, ਆਈਲੈਟਸ ਦਾ ਕੀ ਸੀਨ ਰਹਿੰਦਾ ਜੇ ਕੈਨੇਡਾ ਵਿੱਚ ਜਾਣਾ ਅਤੇ ਜਨਵਰੀ ਇਨਟੇਕ ਲਈ ਜਾਣਾ, ਆਈਲੈਟਸ ਸਟੂਡੈਂਟ ਹੁਣੇ ਕਰੇ ਜਾਂ ਫਿਰ ਨਵੰਬਰ ਦਸੰਬਰ ਦੇ ਕੋਲ ਜਾ ਕੇ ਪਾਸ ਕਰ ਸਕਦੇ? ਆਹੀ ਟਾਈਮ ਹੁੰਦਾ ਸਟੂਡੈਂਟ ਕੋਲ, ਕਿਉਂਕਿ ਅਗਰ ਸਟੂਡੈਂਟਸ ਨੇ ਸਾਈਡ ਬਾਈ ਸਾਈਡ ਇੱਥੇ ਉਹਨਾਂ ਨੇ ਐਡਮਿਸ਼ਨ ਲੈ ਰੱਖੀ ਆ ਔਰ ਉੱਧਰ ਉਹਨਾਂ ਦੇ ਆਪਣੇ ਐਗਜ਼ਾਮਸ ਸ਼ੁਰੂ ਹੋ ਜਾਂਦੇ ਨੇ, ਦਸੰਬਰ ਦੇ ਵਿੱਚ ਉਹਨਾਂ ਦੇ ਪ੍ਰੀਲਿਮ ਹੁੰਦੇ ਨੇ, ਫਿਰ ਉਸ ਤੋਂ ਬਾਅਦ ਉਹਨਾਂ ਦੇ ਫਾਈਨਲ ਐਗਜ਼ਾਮਸ ਹੁੰਦੇ ਨੇ। ਸੋ ਆਹੀ ਟਾਈਮ ਆ ਸਟੂਡੈਂਟ ਦੇ ਕੋਲ ਜਿਹੜਾ ਕਿ ਉਹ ਐਗਜੈਕਟ ਟਾਈਮ ਆ, ਉਹ ਅਵੇਲੇਬਲ ਟਾਈਮ ਹੈ ਇਸ ਸਾਲ ਦੇ ਵਿੱਚ, ਫਿਰ ਉਹ ਅਗਲੇ ਸਾਲ ਅਪਲਾਈ ਕਰੇਗਾ ਜਾ ਕੇ ਜਾਂ 'ਤੇ। ਜੀ, ਸੋ ਆਹੀ ਟਾਈਮ ਆ ਜਿਹਦੇ 'ਚ ਹੁਣ ਸਟੂਡੈਂਟ ਅਗਰ ਆਈਲੈਟਸ ਕੀਤੀ ਹੋਈ ਆ ਨੋਰਮਲੀ, ਕਿਉਂਕਿ ਗਰਮੀਆਂ ਛੁੱਟੀਆਂ ਸੀ ਜਿਹਨਾਂ ਨੇ ਕਰਨੀ ਸੀ ਕਰ ਲਈ ਹੈ, ਜੇ ਨਹੀਂ ਵੀ ਕੀਤੀ ਉਹ ਹੁਣ ਕਰ ਸਕਦੇ ਨੇ। ਜੀ, ਅਰਵਿੰਦਰ ਜੀ, ਕੈਨੇਡਾ ਦੀ ਗੱਲ ਕਰੀਏ, ਸੱਤ ਸਮੁੰਦਰ ਜਾ ਪਾਰ ਜਾ ਕੇ ਵਿਦਿਆਰਥੀ ਨੇ ਪੜ੍ਹਨਾ, ਕਿਵੇਂ ਦਾ ਮਾਹੌਲ ਆ ਉੱਥੇ ਸਟੂਡੈਂਟ ਨੂੰ ਨਹੀਂ ਪਤਾ, ਕਿਸ ਤਰ੍ਹਾਂ ਦੇ ਕਾਲਜ ਹੈ ਸਟੂਡੈਂਟ ਨੂੰ ਨਹੀਂ ਪਤਾ। ਸੋ ਕਾਲਜ ਦੀ ਗੱਲ ਕਰੀਏ, ਆਪਸ਼ਨ ਦੀ ਗੱਲ ਕਰੀਏ, ਕਿਹੜੇ ਕਿਹੜੇ ਕਾਲਜ ਦੀ ਆਪਸ਼ਨ ਉੱਥੇ ਨੇ ਤਾਂ ਕਿ ਸਟੂਡੈਂਟ ਉੱਥੇ ਇੱਥੋਂ ਅਪਲਾਈ ਵਧੀਆ ਕਾਲਜ ਵਿੱਚ ਕਰਿਓ, ਉੱਥੇ ਵਧੀਆ ਐਟਮੋਸਫੇਅਰ ਉਹਨੂੰ ਮਿਲ ਸਕਦਾ? ਨੋਰਮਲੀ ਮੈਂ ਆਹ ਗੱਲ ਤਾਂ ਨਹੀਂ ਸਮਝਦਾ ਕਿ ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਕੈਨੇਡਾ ਕਿੱਦਾਂ ਦਾ, ਬਿਕੋਜ਼ ਆਲਮੋਸਟ ਹਰ ਫੈਮਿਲੀ ਦਾ ਕੋਈ ਨਾ ਕੋਈ ਕਨੈਕਸ਼ਨ ਹੈਗਾ ਔਰ ਸਾਡੇ ਸਭ ਤੋਂ ਵੱਧ ਜਿਹੜਾ ਰੁਝਾਨ ਹੈ ਨੋਰਮਲੀ, ਅਗਰ ਅਸੀਂ ਆਪਣੇ ਲੋਕ ਵੇਖੀਏ ਕਿ ਜਿੱਥੇ ਸਾਡੇ ਪੰਜਾਬ ਵਸਿਆ ਉਹ ਕੈਨੇਡਾ ਅਤੇ ਯੂਕੇ ਇਹੋ ਜਿਹੇ ਮੁਲਕ ਹੀ ਨੇ। ਸੋ ਆਲਮੋਸਟ ਸਭ ਨੂੰ ਪਤਾ ਕਿ ਉੱਥੋਂ ਦਾ ਰੁਝਾਨ ਕਿੱਦਾਂ ਦਾ, ਉੱਥੇ ਅਵੇਲੇਬਿਲਟੀ ਕੀ ਆ। ਹਾਂ, ਅਗਰ ਕਾਲਜਸ ਦੀ ਗੱਲ ਕਰੀਏ, ਕਾਲਜਸ ਇੱਥੇ ਕਾਫੀ ਨੇ ਔਰ ਲਾਈਕ ਜਿੱਦਾਂ ਕੁਝ ਸਟੇਟਸ ਦੇ ਕਾਲਜ ਇੱਥੋਂ ਤੱਕ ਨੇ ਕਿ ਉੱਥੇ ਤੁਸੀਂ ਸਟੂਡੈਂਟ 2-2.5 ਲੱਖ ਰੁਪਇਆ ਫੀਸ ਦੇ ਕੇ ਵੀ ਬੜੇ ਆਰਾਮ ਨਾਲ ਜਾ ਸਕਦਾ ਹੈ। ਜੀ, ਕੀ ਪ੍ਰੋਸੀਜਰ ਰਹੇਗਾ ਉਸ ਕਾਲਜ ਵਿੱਚ ਐਡਮਿਸ਼ਨ ਲੈਣ ਦਾ, ਕਿਉਂਕਿ ਜਦੋਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਾਲਜ ਦੀ, ਇੱਕ ਲੰਮੀ ਚੌੜੀ ਫੀਸ ਦੀ ਆਪਣੀ ਸਟਰਕਚਰ ਆਪਣੇ ਸਾਹਮਣੇ ਆ ਜਾਂਦੀ ਸੀ? ਜੀ ਜੀ, ਨੋਰਮਲੀ ਫੀਸਾਂ ਜ਼ਿਆਦੀਆਂ ਹੁੰਦੀਆਂ ਨੇ।
ਤੁਸੀਂ ਗੱਲ ਕੀਤੀ ਕੋਈ 2-2.5 ਲੱਖ ਰੁਪਇਆ ਸਟੂਡੈਂਟ ਪੇ ਕਰਕੇ ਕੈਨੇਡਾ ਜਾ ਸਕਦਾ ਜੀ ਜੀ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਵਿਸਥਾਰ ਨਾਲ ਦੱਸੋ ਜੀ ਮਨੀਸ਼ ਜੀ ਨੋਰਮਲੀ ਅਸੀਂ ਸੁਣਦੇ ਹਾਂ ਕਿ ਕਾਲਜਸ ਦੀਆਂ ਫੀਸਾਂ ਕਾਫੀ ਨੇ ਬਿਕੋਜ਼ ਅਗਰ ਐਜੂਕੇਸ਼ਨ ਸਿਸਟਮ ਚੰਗਾ ਹੈ ਮਹਿੰਗਾ ਹੈ ਤਾਂ ਇਸੇ ਕਰਕੇ ਕੋਸਟ ਵੀ ਜ਼ਿਆਦਾ ਹੈ ਬਟ SPP ਦੇ ਅਧੀਨ ਕਾਫੀ ਕਾਲਜਸ ਨੇ ਸਸਤੇ ਕਾਲਜਸ ਵੀ ਨੇ ਔਰ ਇਸੇ ਲੜੀ ਦੇ ਵਿੱਚ ਜਿੱਦਾਂ ਹੁਣ ਇਹਨਾਂ ਦੀਆਂ ਸੈਮੀਨਾਰਸ ਦੀ ਪ੍ਰਮੋਸ਼ਨ ਸ਼ੁਰੂ ਹੋ ਜਾਂਦੀ ਹੁੰਦੀ ਹੈ ਇਸੇ ਲੜੀ ਦੇ ਵਿੱਚ ਬੁੱਧਵਾਰ ਨੂੰ ਸੈਮੀਨਾਰ ਵੀ ਹੈ ਔਰ ਉਹਦੇ ਵਿੱਚ ਫੋਰਨ ਤੋਂ ਡੈਲੀਗੇਟਸ ਆਉਂਦੇ ਨੇ ਉਹ ਸਟੂਡੈਂਟਸ ਨੂੰ ਅਸੈਸਮੈਂਟ ਕਰਕੇ ਔਨ ਦੀ ਸਪੋਟ ਅਸੈਸ ਕਰਕੇ ਦੱਸ ਦੇਣਗੇ ਕਿ ਇਹਨਾਂ ਦੀ ਕੀ ਬਣੇਗਾ ਨੋਰਮਲ ਫੀਸ ਜਿਹੜੀ ਆ 2.5 ਲੱਖ ਰੁਪਏ ਦੇ ਫੀਸ ਆ ਜਿਹੜੀ ਅਗਰ ਸਟੂਡੈਂਟ GIC ਦੇ ਵਿੱਚ ਅਪਲਾਈ ਕਰੇਗਾ ਓਬਵੀਅਸਲੀ $10,000 ਤੋਂ ਦੂਸਰਾ ਜਾਏਗਾ ਬਟ ਜਿਹੜੀ ਟਿਊਸ਼ਨ ਫੀਸ ਹੈ ਉਹ ਸਿਰਫ 2.5 ਲੱਖ ਰੁਪਏ ਉਹਦੀ ਜੀ ਰਵਿੰਦਰ ਜੀ ਨੇ ਸੈਮੀਨਾਰ ਦੌਰਾਨ ਕੀ ਸਟੂਡੈਂਟਸ ਨੂੰ ਡੈਲੀਗੇਟਸ ਨਾਲ ਮੁਖਾਤਿਬ ਹੋਣ ਦਾ ਮਿਲਣ ਦਾ ਮੌਕਾ ਮਿਲੇਗਾ ਬਿਲਕੁਲ ਬਿਲਕੁਲ ਜਦੋਂ ਮਰਜ਼ੀ ਮਿਲ ਸਕਦੇ ਨੇ ਓਬਵੀਅਸਲੀ ਜਦੋਂ ਇਹਨਾਂ ਦੀ ਪ੍ਰਮੋਸ਼ਨ ਵੀ ਅਖਬਾਰਾਂ ਦੇ ਵਿੱਚ ਐਡਵਰਟਾਈਜ਼ਮੈਂਟਸ ਵੀ ਆਉਂਦੀਆਂ ਨੇ ਔਰ ਇਹਦੇ ਬਾਰੇ ਸਾਰੀ ਡਿਟੇਲਡ ਇਨਫੋਰਮੇਸ਼ਨ ਤੁਹਾਨੂੰ ਪ੍ਰਿੰਟ ਮੀਡੀਆ ਦੇ ਵਿੱਚ ਵੀ ਮਿਲ ਜਾਂਦੀ ਹੈ ਸੋ ਓਬਵੀਅਸਲੀ ਜਦੋਂ ਫੋਰਨ ਤੋਂ ਡੈਲੀਗੇਟ ਆਉਂਦੇ ਨੇ ਉਹਨਾਂ ਦਾ ਇੱਕ ਫਾਇਦਾ ਹੁੰਦਾ ਕਿ ਤੁਹਾਨੂੰ ਐਗਜ਼ੈਕਟ ਉਹ ਮਾਹੌਲ ਸਮਝਣ ਦਾ ਪਤਾ ਲੱਗਦਾ ਬਿਕੋਜ਼ ਐਜ਼ ਏ ਕਾਉਂਸਲਰ ਅਸੀਂ ਤਾਂ ਐਡਵਾਈਸ ਕਰ ਸਕਦੇ ਹਾਂ ਕਿ ਇਹ ਪ੍ਰੋਗਰਾਮ ਪੜਿਆ ਇਹ ਪੜ੍ਹ ਲਓ ਔਰ ਫਰਦਰ ਪੋਸੀਬਿਲਟੀਜ਼ ਇਹ ਨੇ ਉਹ ਐਕਚੁਅਲੀ ਉੱਥੇ ਐਗਜ਼ੈਕਟ ਹੋਣਾ ਕੀ ਹੈ ਉੱਥੇ ਹੁੰਦਾ ਕੀ ਆ ਔਰ ਕੀ ਪ੍ਰੋਬਲਮਸ ਉਹਨਾਂ ਨੂੰ ਫੇਸ ਆਉਂਦੀਆਂ ਨੇ ਕੀ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਤਾਂ ਕਿ ਸਟੂਡੈਂਟ ਇੱਥੋਂ ਤਿਆਰੀ ਕਰਕੇ ਜਾ ਸਕਣ ਜੀ ਅਰਵਿੰਦਰ ਜਿਨ੍ਹਾਂ ਕਾਲਜਿਸ ਦੀ ਤੁਸੀਂ ਗੱਲ ਕਰ ਰਹੇ ਹੋ ਉੱਥੇ ਸਟੱਡੀ ਲਈ ਜਾਣ ਲਈ ਕੀ ਇੱਕ ਵੱਖਰਾ ਪੈਮਾਨਾ ਹੈ ਜਾਂ ਫਿਰ ਜਨਰਲੀ ਜਿਵੇਂ ਨਹੀਂ ਨੋਰਮਲ SPP ਕਾਲਜ ਨੇ GIC ਦੇ ਅੰਡਰ ਨੋਰਮਲ ਤਰੀਕੇ ਨਾਲ ਅਪਲਾਈ ਕਰਾ ਕੇ ਜੋ ਰੂਲਸ ਨੇ ਕੋਈ ਅਲੱਗ ਦੁਨੀਆ ਬੈਂਡਸ ਕਿੰਨੇ ਚਾਹੀਦੇ ਨੇ ਕਾਲਜ ਲਈ ਸੇਮ 6 ਬੈਂਡ ਚਾਹੀਦੇ ਨੇ ਮਿਨੀਮਮ 5.5 ਤੋਂ ਉਹਦੇ ਚ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈ ਸਭ ਕੁਝ ਸੇਮ ਦਾ ਸੇਮ ਜੀ ਔਰ ਜਿਹੜੀ ਤੁਸੀਂ 2.5 ਲੱਖ ਰੁਪਏ ਫੀਸ ਦੀ ਗੱਲ ਕਰ ਰਹੇ ਕਿ ਉਹ ਫੀਸ ਐਡਵਾਂਸ ਜਮਾ ਕਰਾਉਣੀ ਹੈ ਜਾਂ ਫਿਰ ਓਬਵੀਅਸਲੀ ਕੈਨੇਡਾ ਦਾ ਰੂਲ ਹੈ ਕਿ ਅਗਰ ਤੁਸੀਂ ਕਿਸੇ ਵੀ ਕਾਲਜ ਜਾਂਦੇ ਹੋ ਤੁਹਾਨੂੰ ਨੋਰਮਲੀ $12,000-13,000 ਫੀਸ ਜਮਾ ਕਰਾਉਣੀ ਹੁੰਦੀ ਹੈ ਇਸ ਕਾਲਜ ਦੇ ਵਿੱਚ ਵੀ ਤੁਹਾਨੂੰ ਫੀਸ ਐਡਵਾਂਸ ਹੀ ਜਮਾ ਕਰਾਉਣੀ ਪਏਗੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੀ ਦਰਸ਼ਕੋ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪਰਦੇਸ ਦੇ ਰਾਹ ਔਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮੁਖਾਤਿਬ ਕਰਵਾ ਰਹੇ ਹਾਂ ਰੋਇਲ ਟਰੈਵਲਸ ਤੋਂ ਅਰਵਿੰਦਰਪਾਲ ਸਿੰਘ ਜੀ ਦੇ ਨਾਲ ਇਹਨਾਂ ਸਾਨੂੰ ਅੱਜ ਗੱਲ ਦੱਸੀ ਕਿ ਜੇਕਰ ਤੁਸੀਂ ਕੈਨੇਡਾ ਜਾ ਕੇ ਸਟੱਡੀ ਕਰਨ ਦਾ ਸੁਪਨਾ ਵੇਖਿਆ ਤਾਂ ਸੁਪਨਾ ਸਾਕਾਰ ਹੋਣ ਦਾ ਜਿਹੜਾ ਸਮਾਂ ਆ ਗਿਆ ਡੈਲੀਗੇਟਸ ਫੋਰਨ ਤੋਂ ਆ ਰਹੇ ਨੇ ਔਰ ਬਹੁਤ ਹੀ ਘੱਟ ਫੀਸ ਤੋਂ ਤੁਹਾਨੂੰ ਐਡਮਿਸ਼ਨ ਮਿਲ ਸਕਦੀ ਹੈ ਵਿਦੇਸ਼ਾਂ ਦੇ ਕਾਲਜ ਵਿੱਚ ਜੇਕਰ ਤੁਸੀਂ ਪੜ੍ਹਨਾ ਚਾਹੁੰਦੇ ਹੋ ਅਰਵਿੰਦਰ ਜੀ ਗੱਲ ਕਰੀਏ PR ਦੀ ਕਿਉਂਕਿ ਸਟੂਡੈਂਟ ਦੇ ਜਾਣ ਦੇ ਵਿੱਚ ਇਹ ਹੁੰਦਾ ਕਿ ਪੜ੍ਹਾਈ ਤੋਂ ਬਾਅਦ ਉਹ ਪੱਕੇ ਤੌਰ 'ਤੇ ਵਸਨੀਕ ਬਣ ਜਾਵੇ ਤਾਂ ਕੀ ਇਹਨਾਂ ਕਾਲਜਾਂ ਵਿੱਚ ਪੜ੍ਹ ਕੇ 2.5 ਲੱਖ ਰੁਪਏ ਜਿਵੇਂ ਤੁਸੀਂ ਫੀਸ ਦੀ ਗੱਲ ਕੀਤੀ ਉਹ ਦੇ ਕੇ PR ਦੇ ਚਾਂਸਸ ਨੇ ਉੱਥੇ ਨੋਰਮਲੀ ਦੇਖੋ ਬ੍ਰਿਟਿਸ਼ ਕੋਲੰਬੀਆ ਦਾ ਕਾਲਜ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੂਲ ਹੈ ਕਿ ਉੱਥੇ ਤੁਸੀਂ ਅਗਰ ਸਟੂਡੈਂਟਸ ਉੱਥੇ 1 ਸਾਲ ਪੜ੍ਹਾਈ ਕਰੇਗਾ ਉਹਦੇ ਕੋਲ ਜਸਟ ਇੱਕ ਜੌਬ ਆਫਰ ਹੋਏਗੀ ਉਹਦੇ ਨਾਲ ਹੀ PR ਹੈ ਬਾਕੀ ਸਾਰੀ ਸਟੇਟਸ ਵਿੱਚ ਕੀ ਹੈ ਜਿੱਦਾਂ ਅਗਰ ਟੋਰਾਂਟੋ ਅਸੀਂ ਗੱਲ ਕਰਦੇ ਹਾਂ ਉੱਥੇ ਕੀ ਤੁਸੀਂ ਡਿਗਰੀ ਕੰਪਲੀਟ ਕਰੋ ਜਾਂ ਤੁਸੀਂ 2 ਸਾਲ ਦੀ ਪੜ੍ਹਾਈ ਲਓ ਉਸ ਤੋਂ ਬਾਅਦ 3 ਸਾਲ ਦਾ ਪਰਮਿਟ ਮਿਲਦੇ ਆ ਫਿਰ ਤੁਸੀਂ PR ਫਾਈਲ ਕਰ ਸਕਦੇ ਹੋ ਇੱਥੇ ਇਸ ਤਰੀਕੇ ਨਾਲ ਨਹੀਂ ਇੱਥੇ ਅਗਰ ਤੁਹਾਡੇ ਕੋਲ PNP ਪ੍ਰੋਗਰਾਮ ਹੈ ਬ੍ਰਿਟਿਸ਼ ਕੋਲੰਬੀਆ ਤਾਂ ਤੁਸੀਂ cic.gc.ca ਵੈਬਸਾਈਟ ਹੈ ਸਰਕਾਰੀ ਗਵਰਨਮੈਂਟ ਦੀ ਕਿਤੇ ਵਿੱਚ ਚੈੱਕ ਕਰ ਸਕਦੇ ਹੋ ਰੂਲਸ ਜੋ ਨੇ ਇਹਦੇ ਵਿੱਚ ਤੁਸੀਂ 1 ਸਾਲ ਦੀ ਪੜ੍ਹਾਈ ਤੋਂ ਬਾਅਦ ਲੋਕਲ ਤੁਸੀਂ PR ਫਾਈਲ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਲੋਕਲ ਜੌਬ ਆਫਰ ਹੈਗੀ ਹੈ ਤੇ ਯਾਨੀ PR ਦੇ ਚਾਂਸਸ ਹੈਗੇ ਨੇ ਜਿਹੜੇ ਫੁੱਲ PR ਤੇ ਓਬਵੀਅਸਲੀ ਕੈਨੇਡਾ ਸੈਲੀ PR ਦਾ ਹੁੰਦਾ ਅਰਵਿੰਦਰ ਜੀ ਉਹ ਸਟੂਡੈਂਟਸ ਜਿਨ੍ਹਾਂ ਨੇ ਹਾਲੇ ਤੱਕ ਆਈਲੈਟਸ ਨਹੀਂ ਕੀਤੀ ਪਰ ਇੱਕ ਬੜਾ ਵਧੀਆ ਤੁਸੀਂ ਜਿਵੇਂ ਸਟੂਡੈਂਟ ਨੂੰ ਆਫਰ ਦੱਸ ਰਹੇ ਹੋ ਬਹੁਤ ਵਧੀਆ ਮੌਕਾ ਦੱਸ ਰਹੇ ਹੋ ਕਿ ਡੈਲੀਗੇਟਸ ਆ ਰਹੇ ਨੇ ਔਨ ਸਪੋਟ ਐਡਮਿਸ਼ਨ ਹੋ ਗਿਆ ਉਹ ਵੀ ਸਿਰਫ 2.5 ਲੱਖ ਰੁਪਏ ਦੇ ਵਿੱਚ ਜੀ ਜਿਹੜੇ ਸਟੂਡੈਂਟ ਨੇ ਹਾਲੇ ਤੱਕ ਆਈਲੈਟਸ ਨਹੀਂ ਕੀਤੀ ਕੀ ਉਹ ਅਪਲਾਈ ਕਰ ਸਕਦੇ ਨੇ ਨਹੀਂ ਨੋਰਮਲੀ ਸਿਰਫ ਇਨਫੋਰਮੇਸ਼ਨ ਲੈ ਸਕਦੇ ਨੇ ਅਪਲਾਈ ਬਹੁਤ ਸਟ੍ਰਿਕਟ ਰੂਲ ਹੈ ਕਿ ਅਗਰ 6 ਬੈਂਡ ਕੀਤੇ ਨੇ ਲਏ ਹੋਏ ਨੇ ਸਿਰਫ ਤਾਂ ਅਪਲਾਈ ਕਰ ਸਕਦੇ ਉਦਾਂ ਅਪਲਾਈ ਨਹੀਂ ਕਰ ਸਕਦੇ ਹਾਂ ਅਗਰ ਨਹੀਂ ਕੀਤੀ ਹੋਈ ਆਈਲੈਟਸ ਉਹਦਾ ਇੱਕ ਅਲੱਗ ਪੈਰਾਮੀਟਰ ਹੈਗਾ ਨਿਊਜ਼ੀਲੈਂਡ ਦੇ ਵਿੱਚ ਤੁਸੀਂ ਬਹੁਤ ਸਾਰੇ ਕਾਲਜਸ ਵਿੱਚ ਅਗਰ ਤੁਹਾਡੇ ਕੋਲ ਇੰਗਲਿਸ਼ ਮੀਡੀਅਮ ਦੀ ਇਨਸਟਰਕਸ਼ਨ ਹੈਗੀ ਹੈ ਤੁਸੀਂ ਵਿਦਆਊਟ ਆਈਲੈਟਸ ਵੀ ਅਪਲਾਈ ਕਰ ਸਕਦੇ ਹੋ ਜੀ ਅਰਵਿੰਦਰ ਜੀ ਇਹ ਤਾਂ ਸਿਰਫ ਇੱਕ ਇੰਡੀਵਿਜੁਅਲ ਦੀ ਗੱਲ ਇੱਕ ਆਮ ਸਟੂਡੈਂਟ ਦੀ ਗੱਲ ਜੇਕਰ ਕਿਸੇ ਵੈਜ ਬੰਦੇ ਨੇ ਅਪਲਾਈ ਕਰਨਾ ਕਿ ਉਹਦੇ ਲਈ ਵੀ ਸੇਮ ਪ੍ਰੋਸੀਜਰ ਹੈ ਆਲਮੋਸਟ ਸਾਰੇ ਕੰਟਰੀਜ਼ ਵੈਲਕਮ ਕਰਦੇ ਨੇ ਸਪਾਊਸ ਜਿੱਦਾਂ ਸਪਾਊਸ ਨੂੰ ਕੋਈ ਰੋਕ ਨਹੀਂ ਹੈਗੀ ਬਟ ਪਿੱਛੇ ਜੇ ਕੁਛ ਸਾਡੇ ਇੱਥੇ ਜ਼ਿਆਦਾ ਹੋ ਗਿਆ ਸੀ ਜਿੱਦਾਂ ਕੰਟਰੈਕਟ ਮੈਰਿਜਸ ਇਹੋ ਜਿਹਾ ਕਈ ਕੁਛ ਹੋ ਗਿਆ ਸੀ ਜਿਹਦਾ ਕਰਕੇ ਕਿ ਸਾਨੂੰ ਅਸੀਂ ਥੋੜ੍ਹਾ ਅਵੋਇਡ ਕਰਦੇ ਹਾਂ ਜਾਂ ਸਟੂਡੈਂਟਸ ਨੂੰ ਕਹਿੰਦੇ ਕਿ ਥੋੜ੍ਹਾ ਕੌਨਸ਼ੀਅਸ ਹੋ ਕੇ ਚੱਲੋਗੇ ਅਗਰ ਸਪਾਊਸ ਕੇਸਿਸ ਨੇ ਥੋੜ੍ਹਾ ਜਿਹਾ ਪਰਹੇਜ਼ ਰੱਖੋ ਹਾਂ ਪਰ ਜਿੱਦਾਂ US ਵਿੱਚ ਅਗਰ ਸਪਾਊਸ ਕੇਸ ਹੈ ਤੁਸੀਂ US ਅਪਲਾਈ ਕਰ ਸਕਦੇ ਹੋ ਬਿਕੋਜ਼ US ਦੇ ਵਿੱਚ F1 ਦੇ ਵਿੱਚ ਸਟੂਡੈਂਟ ਅਪਲਾਈ ਕਰਦਾ F2 ਦੇ ਵਿੱਚ ਤਾਂ ਸਪਾਊਸ ਨਾਲ ਅਪਲਾਈ ਕਰਦਾ ਦੋਨੋਂ ਇਕੱਠੇ ਐਟ ਅ ਟਾਈਮ ਕਾਉਂਸਲਰ ਦੇ ਸਾਹਮਣੇ ਹੁੰਦੇ ਔਰ ਔਨ ਦੀ ਸਪੋਟ ਇੰਟਰਵਿਊ ਦੇ ਵਿੱਚ ਉਹਨਾਂ ਦੀ ਇੰਟਰਵਿਊ ਲਈ ਜਾਂਦੀ ਹੈ ਇੰਟਰਵਿਊ 'ਚ ਇਮੀਡੀਏਟਲੀ ਫੈਸਲਾ ਹੈ ਸੋ ਅਸੀਂ ਅਗਰ ਗੱਲ ਕਰੀਏ ਕਿ ਸਾਨੂੰ ਐਨਾਲਾਈਜ਼ ਕਰਨਾ ਪੈਂਦਾ ਹੈ ਕਿ ਕਿਹੜਾ ਸਟੂਡੈਂਟ ਕਿਹੜੇ ਪ੍ਰੋਫਾਈਲ ਲਈ ਫਿੱਟ ਹੁੰਦਾ ਇਹ ਨਹੀਂ ਕਿ ਅਸੀਂ ਕਿੱਥੇ ਜਾਣਾ ਉਹ ਨਹੀਂ ਹੈ ਸਾਨੂੰ ਅਵੇਲੇਬਲ ਕੀ ਹੋ ਸਕਦਾ ਕਿਹੜੇ ਪ੍ਰੋਫਾਈਲ ਲਈ ਕੀ ਮਿਲਦਾ ਅਸੀਂ ਉਹ ਦੱਸ ਸਕਦੇ ਹਾਂ ਜੀ ਔਰ ਅਰਵਿੰਦਰ ਜੀ ਜਿਹੜੇ ਸਪਾਊਸ ਦੀ ਆਪਾਂ ਗੱਲ ਕਰ ਰਹੇ ਹਾਂ ਸਪਾਊਸ ਨੂੰ ਇੱਕ ਮੇਨ ਐਪਲੀਕੇ
ਦੋਵੇਂ ਬੰਦੇ ਜੋਬ ਕਰ ਸਕਦੇ ਨੇ ਜਾਂ ਫਿਰ ਦੋਨਾਂ ਵਿੱਚੋਂ ਇੱਕ ਹੀ ਕਰ ਸਕਦਾ? ਨਹੀਂ, ਓਬਵੀਅਸਲੀ ਦੋਵੇਂ ਜੋਬ ਕਰ ਸਕਦੇ ਨੇ, ਇਹ ਆਲਮੋਸਟ ਸਾਰੇ ਪਾਸੇ ਸੇਮ ਰੂਲ ਹੈ ਜੀ। ਕਿੰਨੇ ਆਰਸ ਲਈ ਜੋਬ ਜਿਹੜੀ ਉੱਥੇ ਕਰ ਸਕਦੇ ਜਾ ਕੇ? ਓਬਵੀਅਸਲੀ ਜਿਹੜਾ ਡਿਪੈਂਡੈਂਟ ਆ ਉਹ ਫੁੱਲ ਟਾਈਮ ਜੋਬ ਕਰ ਸਕਦਾ, ਸਟੂਡੈਂਟ ਨੂੰ 20 ਆਵਰਸ ਵਰਕਿੰਗ ਅਲਾਊਡ ਹੁੰਦੀ ਹੈ ਜੀ। ਅਰਵਿੰਦਰ ਜੀ, ਇੱਕ ਇੰਟਰਵਿਊ ਤੋਂ ਵਿਦਿਆਰਥੀ ਬਾਰਡਰ 'ਤੇ ਨੇ, ਕੀ ਕੈਨੇਡਾ ਜਾਣ ਲਈ ਇੰਟਰਵਿਊ ਫੇਸ ਕਰਨੀ ਪੈਂਦੀ ਹੈ? ਨਹੀਂ, ਕੈਨੇਡਾ ਦੇ ਵਿੱਚ ਕੋਈ ਇੰਟਰਵਿਊਜ਼ ਨਹੀਂ ਆਉਂਦੀਆਂ। ਕੈਨੇਡਾ ਵਿੱਚ ਬਹੁਤ ਸਿੱਧਾ ਪ੍ਰੋਸੀਜਰ ਹੈ ਕਿ ਤੁਸੀਂ ਆਈਲੈਟਸ ਦਾ ਰਿਕੁਆਇਰਡ ਬੈਂਡ ਲਿਆ, ਬਿਕੋਜ਼ ਉਹ ਹੀ ਕਾਫੀ ਹਾਈ ਹੈ। ਆਈਲੈਟਸ ਦਾ ਬੈਂਡ ਲਿਆ, ਅਗਰ ਉਹ ਬੈਂਡ ਤੁਹਾਡੇ ਕੋਲ ਹੈਗਾ, ਤੁਹਾਡੀ ਇੰਟਰਵਿਊ ਕੋਈ ਨਹੀਂ ਆ, ਕਿਉਂਕਿ ਉਸ ਤੋਂ ਬਿਨਾਂ ਤੁਸੀਂ ਅਪਲਾਈ ਨਹੀਂ ਕਰ ਸਕਦੇ। ਹਾਂ, ਕੁਛ ਕੰਟਰੀਜ਼ ਹੈਗੇ ਜਿੱਥੇ ਸਿਰਫ ਇੰਟਰਵਿਊ ਹੁੰਦੀ ਹੈ, ਚਾਹੇ ਸਟੂਡੈਂਟ ਦੇ 7 ਬੈਂਡ ਹੋਣ, 8 ਬੈਂਡ ਹੋਣ, ਜਿੰਨੇ ਮਰਜ਼ੀ। ਜਿੱਦਾਂ US ਦੀ ਆਪਾਂ ਗੱਲ ਕਰ ਰਹੇ ਸੀ, ਉਹਦੇ ਵਿੱਚ ਅਪਲਾਈ ਕਰੋਗੇ ਤਾਂ ਤੁਹਾਨੂੰ ਹਰ ਹਾਲਤ ਕਿਸੇ ਵੀ ਕੈਟਾਗਰੀ ਤੁਸੀਂ ਅਪਲਾਈ ਕਰੋ, ਤੁਹਾਨੂੰ ਯੂ ਹੈਵ ਟੂ ਗੋ ਥਰੂ ਦਾ ਇੰਟਰਵਿਊ ਜੀ। ਅਰਵਿੰਦਰ ਜੀ, ਅੰਬੈਸੀ ਦੇ ਰੋਲ ਦੀ ਗੱਲ ਕਰੀਏ ਕਿ ਅੰਬੈਸੀ ਦਾ ਕੀ ਰੋਲ ਹੁੰਦਾ ਜੇਕਰ ਸਟੂਡੈਂਟ ਨੇ ਬਾਹਰ ਜਾਣਾ, ਚਾਹੇ ਟੂਰਿਸਟ ਵੀਜ਼ਾ 'ਤੇ ਚਾਹੇ ਸਟੱਡੀ ਵੀਜ਼ਾ 'ਤੇ? ਦੇਖੋ, ਨੋਰਮਲੀ ਅੰਬੈਸੀ ਦਾ ਕੰਮ ਹੈਗਾ ਇੱਕ ਐਪਲੀਕੇਸ਼ਨ ਨੂੰ ਅਸੈਸ ਕਰਨਾ। ਅਸੈਸ ਕਿਸ ਤਰੀਕੇ ਨਾਲ ਕਰਨਾ? ਜਿੱਦਾਂ ਅਸੀਂ ਕੁਛ ਸਟੂਡੈਂਟਸ ਦੀ ਗੱਲ ਕੀਤੀ, ਕਿਸੇ ਕੋਲ ਇਹ ਹੈਗਾ ਕਿੱਧਰ ਜਾ ਸਕਦਾ, ਇਹ ਹੈਗਾ ਕਿੱਥੇ ਜਾ ਸਕਦਾ, ਸੇਮ ਤਰੀਕੇ ਨਾਲ ਅੰਬੈਸੀ ਦਾ ਕੰਮ ਹੈ ਕਿ ਇਸ ਚੀਜ਼ ਨੂੰ ਪ੍ਰੋਫਿਟੇਬਲ ਐਂਗਲ ਵੇਖਣਾ ਕਿ ਕੋਈ ਐਪਲੀਕੈਂਟ ਆ ਰਿਹਾ, ਉੱਤੋਂ ਉਸ ਮੁਲਕ ਨੂੰ ਕੀ ਫਾਇਦਾ, ਉਹ ਉੱਥੇ ਆ ਕੇ ਪੈਸਾ ਦੇਵੇਗਾ ਕਿ ਨਹੀਂ ਦੇਵੇਗਾ। ਅਗਰ ਉਹਨਾਂ ਨੂੰ ਲੱਗਦਾ ਕਿ ਜਿਹੜਾ ਆ ਰਿਹਾ ਉਹ ਸਾਡੇ ਕੋਲੋਂ ਪੈਸਾ ਲੈ ਕੇ ਜਾਏਗਾ, ਉਹ ਲਾਇਬਿਲਟੀ ਹੋ ਗਈ। ਅਗਰ ਕੋਈ ਆ ਰਿਹਾ ਪੈਸਾ ਇੰਡੀਆ ਤੋਂ ਚੱਕ ਕੇ ਇੱਥੇ ਖਰਚਣ ਆ ਰਿਹਾ, ਇਨ ਦਾ ਫੋਰਮ ਆਫ ਸਟੂਡੈਂਟ ਫੀਸ ਆ ਰਿਹਾ, ਜਾਂ GIC 'ਚ ਅਗਰ ਅਪਲਾਈ ਕਰੋ, ਨਾਲ ਲਿਵਿੰਗ ਐਕਸਪੈਂਸਿਸ ਜਾਂਦੇ ਨੇ, ਠੀਕ। ਜਿਹੜਾ ਵੀ ਸਟੂਡੈਂਟ ਪੈਸਾ ਲੈ ਕੇ ਆ ਰਿਹਾ, ਓਬਵੀਅਸਲੀ ਸਟੂਡੈਂਟ ਸਾਰੇ ਆ ਹੀ ਰਹੇ ਨੇ ਜਿਹਦੀ ਇੰਟੈਂਸ਼ਨਸ ਕਲੀਅਰ ਦੱਸਦੀਆਂ ਕਿ ਉਹਦੀ ਪ੍ਰੀਵੀਅਸ ਐਜੂਕੇਸ਼ਨ ਹੈ, ਔਰ ਜਿਹੜੀ ਉਹਦੀ ਪ੍ਰਪੋਜ਼ਡ ਐਜੂਕੇਸ਼ਨ ਹੈ। ਪ੍ਰਪੋਜ਼ਡ ਐਜੂਕੇਸ਼ਨ ਕਿ ਜਿਹੜਾ ਉਹਨੇ ਪੜ੍ਹਨਾ ਜੀ, ਅਗਰ ਦੋਨਾਂ ਦੇ ਵਿੱਚ ਲਿੰਕ ਦਿਸ ਰਿਹਾ ਨਾਲ, ਸੋ ਓਬਵੀਅਸਲੀ ਇਹੋ ਜਿਹੇ ਕੇਸਿਸ ਨੂੰ ਸਟਰੋਂਗ ਮੰਨਿਆ ਜਾਂਦਾ। ਅਰਵਿੰਦਰ ਜੀ, ਇੱਕ ਸਭ ਤੋਂ ਅਹਿਮ ਸਵਾਲ, ਕਹਿੰਦੇ ਨੇ ਜਦੋਂ ਕੋਈ ਪ੍ਰਾਹੁਣਾ ਘਰ ਆਉਂਦਾ ਹੈ, ਕੋਈ ਨਾ ਕੋਈ ਗਿਫਟ ਲੈ ਕੇ ਆਉਂਦਾ ਜੀ ਜੀ, ਡੈਲੀਗੇਟਸ ਆ ਰਹੇ ਨੇ ਕੈਨੇਡਾ ਤੋਂ, ਸਟੂਡੈਂਟਸ ਲਈ ਕੀ ਲੈ ਕੇ ਆ ਰਹੇ ਨੇ? ਓਬਵੀਅਸਲੀ ਮਿਨੀਮਮ ਫੀਸ ਲੈ ਕੇ ਆ ਰਹੇ ਨੇ, ਪੂਰੇ ਕੈਨੇਡਾ ਦੀ ਸਭ ਤੋਂ ਘੱਟ ਫੀਸ ਵਾਲਾ ਕਾਲਜ, ਸਪੈਸ਼ਲੀ ਅਸੀਂ ਇਸੇ ਕਰਕੇ ਮੰਗਵਾਇਆ ਜੀ। ਕੋਈ ਫੀਸ ਦੇ ਵਿੱਚ ਵੇਅ ਆਫ ਵੀ ਕਰ ਰਹੇ? ਹਾਂ, ਓਬਵੀਅਸਲੀ ਜਿਹੜੀ ਐਪਲੀਕੇਸ਼ਨ ਫੀਸ ਆ, ਨੋਰਮਲੀ ਕੈਨੇਡਾ ਦਾ ਹਰ ਇੱਕ ਕਾਲਜ ਐਪਲੀਕੇਸ਼ਨ ਫੀਸ ਚਾਰਜ ਕਰਦਾ। ਇੱਥੇ ਜਿਹੜੇ ਆ ਡਿਊਰਿੰਗ ਸੈਮੀਨਾਰ ਐਂਡ ਨੈਕਸਟ ਡੇ, ਇੱਥੇ 50% ਜਿਹੜੀ ਆ ਐਪਲੀਕੇਸ਼ਨ ਫੀਸ ਉਹ ਵੇਅ ਆਫ ਹੈ ਜੀ। ਅਰਵਿੰਦਰ ਜੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਇਸ ਪ੍ਰੋਗਰਾਮ ਨੂੰ ਆਪਾਂ ਹੋਰ ਅੱਗੇ ਵਧਾਈਏ, ਸੋ ਬਾਕੀ ਗੱਲਾਂ ਫਿਰ ਕਿਸੇ ਦਿਨ ਕਰਾਂਗੇ, ਫਿਰ ਕਿਸੇ ਐਪੀਸੋਡ ਦੇ ਵਿੱਚ। ਕੋਈ ਸੁਨੇਹਾ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੋ? ਕੈਨੇਡਾ ਜਾਣ ਦਾ ਮਹਿੰਗਾ ਸੁਪਨਾ ਸਸਤਾ ਹੋਇਆ ਥੋੜ੍ਹਾ ਜਿਹਾ, ਔਰ ਉਹਦੇ ਵਿੱਚ ਅਸੀਂ ਜ਼ਰੂਰ ਚਾਹਾਂਗੇ ਕਿ ਜਿੰਨੇ ਤੁਸੀਂ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੋ ਲੈ ਸਕਦੇ ਹੋ। ਨੋਰਮਲੀ ਕਿਸੇ ਵੀ SPP ਕਾਲਜ ਦੀ ਫੀਸ ਅਗਰ ਅਸੀਂ ਵੇਖਾਂਗੇ, ਕਿਸੇ ਵੀ ਕਾਲਜ ਦੀ ਫੀਸ ਜਿਹੜੀ ਸਾਨੂੰ $12,000-13,000 ਪੇ ਕਰਨੀ ਹੁੰਦੀ ਹੈ। ਇਸ ਕਾਲਜ ਵਿੱਚ ਨੋਰਮਲੀ ਤੁਸੀਂ 4,000 ਸਮਥਿੰਗ ਫੀਸ ਹੈ ਦੀ, ਸਿਰਫ ਉਨੀ ਪੇ ਕਰਕੇ ਤੁਸੀਂ ਜਾ ਸਕਦੇ ਹੋ। ਓਬਵੀਅਸਲੀ ਅਗਰ GIC 'ਚ ਅਪਲਾਈ ਕਰਨਾ ਤਾਂ ਉਹਦੇ ਐਡੀਸ਼ਨਲ ਫੰਡ ਤੁਹਾਨੂੰ ਪੇ ਕਰਨੇ ਪੈਣਗੇ। ਔਰ ਕੋਈ ਵੀ ਇਨਫੋਰਮੇਸ਼ਨ ਤੁਸੀਂ ਸੈਮੀਨਾਰ ਦੇ ਡਿਊਰਿੰਗ ਲੈਣਾ ਚਾਹੋ, ਪਹਿਲਾਂ ਲੈਣਾ ਚਾਹੋ, ਜਾਂ ਕਿਸੇ ਵੀ ਕੰਟਰੀ ਦੇ ਲੈਣਾ ਚਾਹੋ, ਸਾਡਾ ਕਾਲ ਸੈਂਟਰ ਸੈਟਅਪ ਕੀਤਾ ਹੋਇਆ ਜੋ ਕਿ 9168 ਨੰਬਰ ਹੈ ਵੀਜ਼ਾ ਹੈਲਪਲਾਈਨ ਦਾ, ਤੁਸੀਂ ਜਦੋਂ ਮਰਜ਼ੀ ਕਾਲ ਕਰਕੇ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਦੋਸਤੋ, ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਪਰਦੇਸ ਦੀ ਰਾਹ, ਔਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਸੀਂ ਇੱਕ ਵਾਰ ਫਿਰ ਤੋਂ ਮੁਖਾਤਿਬ ਕਰਵਾਇਆ ਰਵਿੰਦਰਪਾਲ ਸਿੰਘ ਜੀ ਦੇ ਨਾਲ, ਜੋ ਕਿ ਰੋਇਲ ਟਰੈਵਲਸ ਨੇ, ਔਰ ਗੱਲਬਾਤ ਕੀਤੀ ਅੱਜ ਕੈਨੇਡਾ ਜਾਣ ਵਾਲੇ ਸਟੂਡੈਂਟਸ ਲਈ। ਬੜੀ ਵਧੀਆ ਉਹਨਾਂ ਨੇ ਸਾਨੂੰ ਅੱਜ ਇਨਫੋਰਮੇਸ਼ਨ ਦਿੱਤੀ ਕਿ ਜਿਹੜੇ ਸਟੂਡੈਂਟ ਕੈਨੇਡਾ ਜਾਣਾ ਚਾਹੁੰਦਾ, ਉਹਦੇ ਕੋਲ ਪੂਰੀ ਫੀਸ ਨਹੀਂ ਹੁੰਦੀ ਜਿੰਨੀ ਅਸੀਂ ਪਹਿਲਾਂ ਗੱਲ ਕਰਦੇ ਸੀ, ਤਾਂ ਕੁਛ ਡੈਲੀਗੇਟਸ ਆ ਰਹੇ ਨੇ ਉਹਨਾਂ ਦੇ ਕੋਲ ਇਸ 13 ਤਰੀਕ ਨੂੰ, 13 ਅਗਸਤ ਨੂੰ ਡੈਲੀਗੇਟਸ ਆ ਰਹੇ ਨੇ ਉਹਨਾਂ ਦੇ ਆਫਿਸ ਵਿੱਚ। ਔਨ ਸਪੋਟ ਐਡਮਿਸ਼ਨ ਹੋਵੇਗਾ, ਜੇਕਰ ਤੁਸੀਂ ਦੋਸਤੋ ਆਉਣਾ ਚਾਹੁੰਦੇ ਹੋ, ਯੂਅਰ ਵੈਲਕਮ, ਤੁਸੀਂ ਆ ਸਕਦੇ ਹੋ, ਔਰ ਔਨ ਸਪੋਟ ਐਡਮਿਸ਼ਨ ਤੁਸੀਂ ਲੈ ਸਕਦੇ ਹੋ। ਫਿਰ ਵੀ ਜਿੱਦਾਂ ਤੁਹਾਡੇ ਜੁਆਇਨ ਦੇ ਵਿੱਚ ਸਵਾਲ ਹੈ, ਜਿਸਦਾ ਆਨਸਰ ਅਸੀਂ ਇਸ ਐਪੀਸੋਡ ਦੇ ਵਿੱਚ ਨਹੀਂ ਦੇ ਪਾਏ, ਜਾਂ ਕੋਈ ਸੈਮੀਨਾਰ ਦੇ ਰਿਗਾਰਡਿੰਗ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ, ਤਾਂ TV ਸਕਰੀਨ 'ਤੇ ਲਗਾਤਾਰ ਇਹਨਾਂ ਨੰਬਰ ਫਲੈਸ਼ ਹੋ ਰਹੇ ਨੇ, 9168 9168 ਇਹਨਾਂ ਨੰਬਰ ਹੈ। ਇਸ ਤੋਂ ਇਲਾਵਾ ਇਹਨਾਂ ਦੇ ਆਫਿਸ ਐਡਰੈਸ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, ਕਿਸੇ ਵੀ ਤਰ੍ਹਾਂ ਦੀ ਕੁਐਰੀ ਹੈ, ਸਵਾਲ ਹੈ, ਉਸਦਾ ਜਵਾਬ ਤੁਸੀਂ ਇਹਨਾਂ ਕੋਲ ਲੈ ਸਕਦੇ ਹੋ। ਅਰਵਿੰਦਰ ਜੀ, ਸਟੂਡੀਓ ਵਿੱਚ ਆਏ, ਦਰਸ਼ਕਾਂ ਨੂੰ ਜਾਣਕਾਰੀ ਦਿੱਤੀ, ਉਸ ਲਈ ਸ਼ੁਕਰੀਆ। ਸ਼ੁਕਰੀਆ ਮਨੀਸ਼ ਜੀ।